ITI ਪਾਰਕਾਂ ਦੇ ਨਾਂ ਤੇ ਕੀਤੀ ਜਾ ਰਹੀ ਪਟਿਆਲਾ ਪ੍ਰਸ਼ਾਸਨ ਅਤੇ ਵਿਧਾਇਕਾਂ ਵੱਲੋਂ ਕਪਲੇਬਾਜ਼ੀ ਜਿਸ ਨੂੰ ਲੈ ਕੇ ਕਿਸਾਨਾਂ ਦੇ ਪਟਿਆਲਾ ਡੀਸੀ ਹਲਕਾ ਕਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਅਤੇ ਵਿਧਾਇਕ ਕੁਲਦੀਪ ਨਾਗਰਾ ਉਹਨਾਂ ਦੇ ਨਾਲ ਰਾਜਪੁਰਾ ਦੇ SDM ਦੇ ਉੱਪਰ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਵੱਲੋਂ ਦੱਬੀਆਂ ਜਾ ਰਹੀਆਂ ਹਨ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਟਿਆਲਾ ਜ਼ਿਲ੍ਹਾ ਆਗੂ ਗੁਰਧਿਆਨ ਸਿੰਘ ਧੰਨਾ ਦਾ ਕਹਿਣਾ ਹੈ ਕਿ ITI ਪਾਰਕਾਂ ਦੇ ਨਾਂ ਤੇ ਪਟਿਆਲਾ ਪ੍ਰਸ਼ਾਸਨ ਅਤੇ ਪਟਿਆਲਾ ਦੇ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਕਬਲੇਬਾਜ਼ੀ ਗਰੀਬ ਮਜ਼ਦੂਰ ਲੋਕਾਂ ਤੇ ਕਿਸਾਨਾਂ ਦੇ ਨਾਲ ਧੋਖੇਬਾਜ਼ੀ ਕੀਤੀ ਜਾ ਰਹੀ ਹੈ, ਕਿਉਂਕਿ ਕਿਸਾਨਾਂ ਦੀ ਜ਼ਮੀਨ ਨੂੰ ਲੈ ਕੇ ਸਰਕਾਰ ਵੱਲੋਂ 35 ਲੱਖ ਰੁਪਏ ਮੁੱਲ ਤੈਅ ਕੀਤਾ ਗਿਆ ਹੈ, ਲੇਕਿਨ ਪੰਚਾਇਤ ਦੇ ਖਾਤਿਆਂ ਵਿੱਚ 27 ਲੱਖ ਰੁਪਏ ਜਮ੍ਹਾਂ ਕਰਵਾਏ ਜਾ ਰਹੇ ਹਨ। ਇਹੋ ਜਿਹੇ 5 ਪਿੰਡਾਂ ਦਾ ਮਸਲਾ ਸੀ। ITI ਪਾਰਕ ਦੇ ਨਾਂ 'ਤੇ ਜ਼ਮੀਨ ਲੋਕਾਂ ਦੀ ਧੱਕੇ ਤੋਂ ਦੱਬੀ ਗਈ ਆ। ਇਹਦੇ ਵਿੱਚ DC ਸਾਹਿਬ ਚੇਅਰਮੈਨ ਅਤੇ 3 ਆਪਣਾ SDM ਰਾਜਪੁਰਾ ਕਮੇਟੀ ਮੈਂਬਰ ਅਤੇ 3 ਇਹਦੇ ਵਿੱਚ MLA ਅਤੇ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ ਅਤੇ ਕੁਲਜੀਤ ਨਾਗਰਾ। ਇਹਨਾਂ ਨੇ ਪੰਚਾਇਤਾਂ ਨਾਲ ਰਲ ਮਿਲ ਕੇ ਕਮੇਟੀ ਬਣਾ ਕੇ ਆਹ ਜਿਹੜਾ ਪਿੰਡਾਂ ਦਾ ਫੰਡ ਤਾ, ਪਿੰਡਾਂ ਦੀ ਜ਼ਮੀਨ 'ਤੇ ਲੋਕਾਂ ਦੀ ਜ਼ਮੀਨ 'ਤੇ ਕਾਸ਼ਤਕਾਰ ਖੇਤੀ ਕਰ ਰਹੇ ਅਤੇ ਇਹਨੂੰ ਮਤਲਬ ਰਲ ਮਿਲ ਕੇ ਪੰਚਾਇਤਾਂ ਦੇ ਖਾਤੇ ਦੇ ਵਿੱਚ 27 ਲੱਖ ਪਾ ਤੇ ਆ। ਸਰਕਾਰ ਨੇ 35 ਲੱਖ ਤੈਅ ਕਰਿਆ ਮੁੱਲ, ਜਿਹੜੇ ਕਾਸ਼ਤਕਾਰ ਤਾਂ 9 ਲੱਖ ਆ, ਤਾਂ ਜੋ ਜਿਹੜਾ ਕਾਸ਼ਤਕਾਰ ਤੋਂ 9 ਲੱਖ ਮਿਲ ਕੇ ਇੱਕ ਪਾਸੇ ਹੋ ਗਿਆ, ਜਿਹੜਾ 27 ਲੱਖ ਆ ਇਹਨੂੰ ਇਹ ਵਿੱਚ ਵਿਧਾਇਕ ਵਿੱਚ ਇਹ ਸਰਕਾਰਾਂ ਰਲ ਮਿਲ ਕੇ ਪੈਸੇ ਦੁਰਵਰਤੋਂ ਹੋ ਰਹੀ ਆ ਵੀ ਅਸੀਂ ਪੈਸਾ ਖਾਈਏ ਕਿਸੇ ਤਰੀਕੇ ਲਿਖਾਉਂਦੇ ਹਾਂ। ਨਵੇਂ ਨਵੇਂ ਲੋਕਾਂ ਦੀਆਂ ਸੋਚਾਂ ਨੇ, ਨਵੇਂ ਨਵੇਂ ਵਿਚਾਰ ਨੇ, ਤਾਂ ਜੋ ਕਿਸੇ ਨੇ ਬੋਲਣ ਤਾਂ ਹੈ ਨਹੀਂ। ਹੁਣ ਆਪਾਂ ਪਿੰਡ ਆਕੜੀ ਦਾ ਲਾ ਸਕਦੇ ਹਾਂ, ਉੱਥੇ ਸਿਰਫ 90 ਘਰ ਨੇ, 4 ਮਹੀਨੇ ਦੇ ਵਿੱਚ ਲਗਭਗ 22 ਕਰੋੜ ਰੁਪਇਆ ਖਰਚਾ ਦੱਸ ਨੇ ਪੰਚਾਇਤ ਨੇ ਵਿਕਾਸ ਦੇ ਨਾਂ 'ਤੇ 22 ਕਰੋੜ ਰੁਪਇਆ ਖਾ ਦੀ, ਜਦਕਿ ਉੱਥੇ ਹੋਇਆ ਕੁਛ ਵੀ ਨਹੀਂ ਹੈਗਾ। ਕਿਧਰੇ ਟਿਊਬਵੈੱਲ ਲਾ ਤਾ, ਕਿਧਰੇ ਮਾਈਨਿੰਗ ਕਰਾ ਤੀ, ਠੇਕੇਦਾਰਾਂ ਦੇ ਆਪਣੇ ਸਾਧਨ ਨੇ, ਆਪਣੀਆਂ ਮਸ਼ੀਨਾਂ ਨੇ, ਆਪਦਾ ਉਹ ਨੇ, ਲੋਕਾਂ ਦੇ ਰਸਤੇ ਬੰਦ ਕਰਤੇ, ਮਤਲਬ ਅਨਿਆਏ ਕਰ ਰਹੇ ਨੇ। ਜਦਕਿ ਜਿਹੜੀ ਪੰਚਾਇਤ ਉਹ ਲੋਕਾਂ ਕੋਲੋਂ ਚੁਣੀ ਜਾਂਦੀ ਹੁੰਦੀ ਆ, ਉਹਨਾਂ ਨੂੰ ਲੋਕਾਂ ਦਾ ਹੱਕ ਦੇਣਾ ਰੱਖਣਾ ਚਾਹੀਦਾ, ਪਰ ਨਹੀਂ, ਇਹ ਪੰਚਾਇਤਾਂ ਕਾਰਪੋਰੇਟ ਘਰਾਣਾ ਲੱਗਾ ਜਾਂ MLA ਵਧਾਇਕਾਂ ਗੱਲ ਰਲ ਮਿਲ ਕੇ ਲੋਕਾਂ ਨਾਲ ਘਪਲੇਬਾਜ਼ੀ ਕਰ ਰਿਹਾ। ਸੋ ਅੱਜ ਅਸੀਂ DC ਸਾਹਿਬ ਨੂੰ ਇਹ ਸਾਰਾ ਮਾਮਲਾ ਧਿਆਨ ਵਿੱਚ ਲਾਇਆ, ਕਿਉਂਕਿ ਇਹ ਇਹਦੇ ਚੇਅਰਮੈਨ ਅਤੇ ਇਹ ਸਾਨੂੰ ਕਹਿੰਦੇ ਸਾਨੂੰ ਤਾਂ ਕੋਈ ਮਨ 'ਚ ਧਿਆਨ 'ਚ ਹੈ ਉਹ ਨਹੀਂ। ਦੇਖੋ ਵੀ ਇਹ ਤਾਂ ਗ੍ਰਾਮ ਸਭਾ ਦੇ ਮਤੇ ਪਏ ਨੇ, ਜਿਹਾ ਹੋਇਆ ਮੈਂ ਤਾਂ ਇਹਦੇ ਵਿੱਚ ਹੈ ਨਹੀਂ ਤੀ। ਮੈਂ ਜੀ ਤੁਸੀਂ ਚੇਅਰਮੈਨ ਤੋਂ ਹੋਰ ਤੁਹਾਨੂੰ ਕੀ ਪਤਾ ਗੱਲਾਂ ਇਹਦੀ। ਅੱਜ ਕਾਫੀ ਗੱਲਾਂ ਨੂੰ ਧਿਆਨ 'ਚ ਲੈਂਦੇ, ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ, ਜਿਹਦੇ ਬਣਦੀ ਕਾਰਵਾਈ ਜੋ ਕਰ ਵੀ ਉਸ ਕਰ। ਦੂਜੇ ਪਾਸੇ ਆਕੜੀ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੀ ਜ਼ਮੀਨ ਦੇ ਉੱਪਰ ਪਟਿਆਲਾ ਪ੍ਰਸ਼ਾਸਨ ਦੇ DC ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਦੀ ਅਸੀਂ ਕਈ ਵਾਰ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਾਡੇ ਉੱਪਰ ਝੂਠੇ ਪਰਚੇ ਕਰਵਾਏ ਗਏ। ਅੱਜ ਸਾਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਸਾਥ ਮਿਲਿਆ ਹੈ, ਜਿਸ ਕਰਕੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। DC ਸਾਹਿਬ ਨੂੰ ਅਸੀਂ 24 ਤਰੀਕ ਨੂੰ ਵੀ ਮੰਗ ਪੱਤਰ ਦੇ ਕੇ ਗਏ ਸੀ, ਪਰ ਸਰ ਸੁਣਵਾਈ ਨਹੀਂ ਹੋਈ। ਅੱਜ ਫਿਰ 5 ਪਿੰਡਾਂ ਦੇ ਕਿਸਾਨ ਸਾਰੇ ਇਕੱਠੇ ਹੋ ਕੇ ਆਏ ਹਾਂ ਸਰ, ਉਹਨਾਂ ਨੂੰ, ਕਿਉਂਕਿ ਇਹ ਜਿਹੜੀ ਸਾਡੇ ITI ਪਾਰਕ ਦੇ ਨਾਂ 'ਤੇ ਸਾਡੀ ਜ਼ਮੀਨ ਚੋਰੀ ਕਰੀ ਗਈ ਹੈ 5 ਪਿੰਡਾਂ ਦੀ, ਇਹਦੇ ਵਿੱਚ ਸਰ DC ਸਾਹਿਬ ਚੇਅਰਮੈਨ ਸੀ ਅਤੇ ਮੈਂਬਰ ਸੀ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋ, ਕੁਲਜੀਤ ਨਾਗਰਾ। ਅਤੇ ਸਰ ਇਹਨਾਂ ਨੇ ਆਪਣੀ ਉਹ ਬਣਾ ਕੇ, ਕਰੋਨੇ ਦਾ ਟਾਈਮ ਸੀ, ਕਹਿੰਦੇ ਜੀ ਪਿੰਡ ਦੇ ਗ੍ਰਾਮ ਸਭਾ ਦੇ ਮੱਥੇ ਪੈ ਗਏ, ਪਿੰਡ 'ਚ ਲੋਕਾਂ ਤੋਂ ਧੱਕੇ ਨਾਲ ਸਾਈਨ ਕਰਾ ਲਏ, ਗ੍ਰਾਮ ਪਰ ਸਾਡੇ 'ਤੇ ਪਰਚੇ ਹੋ ਗਏ ਜਿਹੜੇ ਅਸੀਂ ਮਾੜੀ ਮੋਟੀ ਆਵਾਜ਼ ਉਠਾਈ। ਸਰ ਗ੍ਰਾਮ ਸਭਾ ਦੇ ਮਤੇ ਕਰਕੇ ਇਹਨਾਂ ਨੇ ਲੁੱਟ ਲਿਆ ਸਾਨੂੰ 5 ਪਿੰਡਾਂ ਨੂੰ, 5 ਪਿੰਡਾਂ ਦੀ 9 ਲੱਖ ਰੁਪਇਆ ਸਾਨੂੰ ਗਰੀਬਾਂ ਨੂੰ ਦਿੱਤਾ, ਕਾਸ਼ਤਕਾਰਾਂ ਨੂੰ, ਉਹ ਵੀ ਪੂਰੇ ਨਹੀਂ ਦਾਏ ਵਿੱਚ ਬੰਦਿਆਂ ਨੂੰ, ਅਤੇ 26 ਲੱਖ ਰੁਪਏ ਇਹਨਾਂ ਨੇ ਲੋਟੂ ਪੰਚਾਇਤਾਂ ਨੂੰ ਪਾਤਾ। ਉਹ ਹੁਣ 26 ਲੱਖ ਰੁਪਏ ਦੇ ਹਿਸਾਬ ਨਾਲ ਸਾਡੇ ਪਿੰਡ ਆਕੜੀ 54 ਕਰੋੜ ਰੁਪਏ ਦੇ ਕਰੀਬ ਪਾਇਆ ਗਿਆ ਸੀ। ਉਹ 54 ਕਰੋੜ ਰੁਪਏ 'ਚ ਲੋਟੂ ਪੰਚਾਇਤ ਬਹੁਤ ਗਲਤ ਕੰਮ ਕਰ ਰਹੀ ਹੈ, ਘਪਲੇ ਕਰ ਰਹੀ ਆ, ਕਿਤੇ ਤਾਂ ਸਕੂਲ ਦੇ ਲਾਗੇ ਗੁਰਦੁਆਰਾ ਸਾਹਿਬ ਦੇ ਲਾਗੇ ਮੈਰਿਜ ਪੈਲਸ ਬਣਾ ਰਹੀ ਆ, ਕਿ ਇਹ ਗੁਰਦੁਆਰਾ ਸਾਹਿਬ ਦੀ ਬੇਅਦ ਵੀ ਨਹੀਂ ਹੈ। ਪਹਿਲਾਂ ਤਾਂ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਸਕੂਲ, ਸਰਕਾਰੀ ਸਕੂਲ 'ਚੋਂ ਇਹਨਾਂ ਨੇ ਦਰਖਤ ਪੱਟ ਕੇ ਵੇਚਤੀ 1 ਏਕੜ 'ਚੋਂ, ਫਿਰ ਇਹਨਾਂ ਨੇ 10-12 ਫੁੱਟ ਡੂੰਘੀ ਮਿੱਟੀ ਪੱਟ ਕੇ ਵੇਚਤੀ। ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਵੀ ਇਹਦੇ ਪ੍ਰਸ਼ਾਸਨ, ਕਿਹੜੇ ਪ੍ਰਸ਼ਾਸਨ ਨੇ ਇਹਨਾਂ ਨੂੰ, ਕਿਹੜੇ ਮਹਿਕਮੇ ਨੇ ਮਨਜ਼ੂਰੀ ਦਈ ਆ ਦਰਖਤ ਪੱਟਣ ਦੀ, ਕਿਹੜੇ ਮਹਿਕਮੇ ਨੇ ਦਈ ਆ ਮਿੱਟੀ ਪੱਟਣ ਦੀ, ਅਤੇ ਕਿਹੜੇ ਮਹਿਕਮੇ ਨੇ ਪਰਮਿਸ਼ਨ ਦਈ ਆ ਗੁਰਦੁਆਰਾ ਸਾਹਿਬ ਲਾਗੇ ਪੈਲਸ ਬਣਾਉਣ ਦੀ? ਉੱਥੇ ਸਰ ਪੈਲਸ ਦੇ ਵਿੱਚ ਸ਼ਰਾਬ ਵੀ ਚੱਲੂ, ਮੀਟ ਵੀ ਚੱਲੂ, DJ ਵੀ ਚੱਲਣਗੇ। ਕੀ ਇਹ ਗੁਰਦੁਆਰਾ ਸਾਹਿਬ ਦੀ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦ ਵੀ ਨਹੀਂ? ਕੱਲ੍ਹ ਨੂੰ ਉੱਥੇ ਦੇ ਜਾਨਵਰ ਹੱਡੀਆਂ ਚੱਕ ਕੇ ਸਾਡੇ ਗੁਰਦੁਆਰਾ ਸਾਹਿਬ ਸਿੱਟਣਗੇ, ਸਾਡੇ ਨਿਸ਼ਾਨ ਸਾਹਿਬ 'ਤੇ ਸਿੱਟਣਗੇ, ਕੀ ਇਹ ਬੇਅਦ ਵੀ ਨਹੀਂ ਹੋਊ? ਇਹਨਾਂ ਅੰਨੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਬੇਅਦਬੀ ਹੋਊਗੀ ਇਹ? ਅਸੀਂ DC ਸਾਹਿਬ ਕੋਲ ਇਹ ਵੀ ਅਪੀਲ ਕਰਨੇ ਸੀ ਵੀ ਇਹ ਬੇਅਦਬੀ ਸਰ ਹੋਊਗੀ, ਇਹਨੂੰ ਪਹਿਲੀ ਰੋਕ ਲਓ। ਉੱਥੇ ਕੋਈ ਸਾਡੇ, ਅਸੀਂ ਮੰਗ ਕਰਦੇ ਹਾਂ ਪਿੰਡਾਂ ਵੱਲੋਂ, ਸਾਡੇ ਉਹ ਜਗ੍ਹਾ ਦੇ ਵਿੱਚ ਕੋਈ ਸਰਕਾਰੀ ਵਧੀਆ ਹੌਸਪੀਟਲ ਏ ਬਣਾ ਦਿਉ, ਉਹ ਹੌਸਪੀਟਲ ਬਣਾ ਦਿਉ, ਇਹ ਨਹੀਂ ਫਿਰ ਸਾਡਾ ਬਹੁਤ ਤਕੜਾ ਉੱਪਰ, ਬਹੁਤ ਤਕੜਾ ਅਸੀਂ ਸੰਘਰਸ਼ ਮਿਟਾਂਗੇ।